ਸਾਡੇ ਸੀ ਹਸਪਤਾਲ 'ਚ ਅੱਜ ਤ੍ਰੀਜ ਡਿਮਾਰ ਅਤੇ ਤਕਰੀਬਨ ਕੋਈ 6 ਵਜੇ ਮੈਡੀਸਨ ਥੀਂਦੀ ਹੈ। ਉੱਥੋਂ ਕੇਰ ਵੱਲ 8:30 5 ਵਜੇ ਖੁੱਲ੍ਹ ਪੈਂਦੀ ਹੈ, ਘੰਟਾ ਪਹਿਲੇ। ਕੋਈ ਹਸਪਤਾਲ ਹੈ ਤ੍ਰੀਜਾ ਨਹੀਂ ਹੈ, ਇਵੇਂ ਸਹੀ ਹਾਂ। ਸਭ ਛੁੱਟੀ ਥੀ ਵੈਸੀ, ਇਨਸ਼ਾਅੱਲਾ ਤਬੀਅਤ ਹੀ ਬਿਲਕੁਲ ਠੀਕ ਹੈ। ਇਹ ਤ੍ਰੀਜਾ ਫਲੋਰ ਹੈ ਨਾ, ਤ੍ਰੀਜੇ ਫਲੋਰ ਤੇ ਗ੍ਰਾਸੀ ਪਲਾਟ ਹੈ, ਚੈੱਕ ਕਰੋ। ਹਾਲ ਆਈ ਹੋਈ ਹੈ, ਹਾਲ ਆਈ ਹੋਈ ਹੈ। ਅਫਜ਼ਲ ਭਾਈ ਆਪਣੇ ਘਰ ਹੋਣੀ ਹੈ, ਰੱਖੇ ਨੇ ਪੈਣ, ਘਰ ਰਹਿੰਦੇ ਪੈਣ। ਇਹ ਵੈਸੇ ਪਠਾਨ ਹਨ, ਇਹਨਾਂ ਦੇ ਤੇ ਇਹਨਾਂ ਇਹਨਾਂ ਤੇ ਮੋਟਰਾਂ ਹੀ ਛੱਤ ਲਾਇਆ ਹੋਇਆ ਹਨ। ਅਲਹਮਦੁਲਿਲਾ, ਅਭੀ ਡਾਕਟਰ ਸਾਹਿਬ ਨੇ ਵਿਜ਼ਿਟ ਕੀ ਹੈ ਤੋ ਮੁਝੇ ਛੁੱਟੀ ਹੋ ਗਈ ਹੈ ਹੋਸਪਿਟਲ ਸੇ। ਅਬ ਮੈਂ ਜਾਊਂਗਾ ਘਰ, ਵਹਾਂ ਸੇ ਫਿਰ ਘਰ। ਦੇਖੋ ਅਭੀ ਡਿਸਚਾਰਜ ਸਲਿਪ ਬਣਾ ਰਹੇ ਹੈ ਵੋ, ਫਿਰ ਆਪਕੋ ਅਪਡੇਟ ਕਰਤੇ ਹੈ ਕਿ ਕਿਆ ਸੀਨ ਹੈ। ਸਭ ਕੁਛ ਮੈਡੀਸਨ ਲਿਖ ਕੇ ਦੇ ਦਿੱਤੀ ਨਾ, ਅਸਾਂ ਫਾਰਮੈਸੀ 'ਤੇ ਗਏ ਹਾਂ ਅਤੇ ਮੈਡੀਸਨ ਕੱਲ੍ਹ ਸਾ ਕੁਛ ਨਹੀਂ ਹਸਪਤਾਲ ਵਿੱਚ ਉੱਥੇ ਹੀ ਹੈ ਛੁੱਟੀ, ਅਤੇ ਅੱਜ ਅਸਾਂ ਮੈਨੇ ਪੈ ਘਰ। ਬੰਦੇ ਕੋ ਆਖਿਆ ਸਾ ਕੋ ਲਾਰੀ ਅੱਡੇ ਤੱਕ ਛੋੜਾ, ਅੱਗੋਂ ਤਾਂ ਅਸਾਂ ਵੇਸੋਂ ਪੈ। ਇਹ ਸੀ ਰਾਜਾਪੁਰ ਚੌਕ ਅਤੇ ਸਵੇਰੇ ਸਵੇਰੇ ਦਾ ਮਾਹੌਲ ਹੈ, 6 ਵਜੇ ਦਾ ਨਾਸ਼ਤਾ ਮਾਸ਼ਤਾ ਅਤੇ ਨੀਮ ਸਾਹਿਬ ਉੱਠੀ ਹਨ ਖੈਰ ਨਾਲ, ਉੱਠੇ ਤਾਂ ਬੜੀ ਮੁਸ਼ਕਿਲ ਨਾਲ ਹੈ, ਲੇਕਿਨ ਉੱਠੀ ਹਨ। ਇਹਨਾਂ ਦੀ ਬੜੀ ਮਿਹਰਬਾਨੀ ਹੈ, ਇਹ ਕਈ ਵੇਲੇ ਅਸਾਂ ਅਸਾਂ ਇਹਨਾਂ ਦਾ ਚੁਕਾ ਰਹੇ ਸੀ ਅਤੇ ਬਸ ਅਸਾਂ ਇਹ ਹੁਣ ਸਫ਼ਰ ਕਰਦੇ ਪਏ ਹਾਂ ਲਾਰੀ ਅੱਡੇ ਦੀ ਤਰਫ। ਨੀਮ ਸਾਹਿਬ ਮੋਟਰਸਾਈਕਲ ਬੜੀ ਸਪੀਡ ਚੱਲੇ ਹਨ ਅਤੇ ਨੀਮ ਸਾਹਿਬ ਦੀ ਅਸਾਂ ਸ਼ਕਲ ਲਿਖਾਉਣ ਦੀ ਤਾਂ ਬੜੀ ਕੋਸ਼ਿਸ਼ ਹੈ, ਲੇਕਿਨ ਉਹ ਦੇਖਦੇ ਨਹੀਂ ਪਏ ਸਾਡੇ। ਇੱਥਾਂ ਇਹ ਅਸੀਂ ਚੌਕ ਕੁਮਾਰਾ ਅਸਾਂ ਪਹੁੰਚੇ ਹਾਂ, ਸਾਡਾ ਮੂਡ ਹੋਈ ਕਿ ਇੱਥੇ ਹੀ ਨਾਸ਼ਤਾ ਕਰੇ ਸਾਂ, ਲੇਕਿਨ ਵੱਲ ਜਹਾਂ ਤੱਕ ਸਭ ਕੁ ਲੱਗਦਾ ਕਿ ਅਸਾਂ ਲੇਟ ਥੀ ਗਏ ਸਾਂ। ਇੱਥਾਂ ਸਾਹਮਣੇ ਚੌਕ ਕੁੰਭਾਰਾ ਦੇ ਬਿਲਕੁਲ ਫਲਾਈਓਵਰ ਦੇ ਨਾਲ ਰੈਸਕਿਊ ਦਾ ਆਫਿਸ ਹੈ ਇਹ ਸੀ। ਇਹ ਅਸਾਂ ਲਾਰੀ ਅੱਡੇ ਪਹੁੰਚ ਦੇ ਹੋਏ, ਤਕਰੀਬਨ ਥੋੜ੍ਹੀ ਇੱਕ ਦੂਰ ਹੈ। ਸਵੇਰੇ ਸਵੇਰੇ ਸੜਕਾਂ ਵੈਸੇ ਸਾਫ਼ ਹੁੰਦੀਆਂ। ਇੱਥਾਂ ਇਹ ਗੱਲ ਆ ਮੰਡੀ ਹੈ, ਇੱਥਾਂ ਥੋੜ੍ਹਾ ਮੋ ਰਸ਼ ਮਸ਼ ਹੁੰਦੇ। ਇੱਥਾਂ ਜ਼ਰਾ ਸਾ ਨੀਮ ਸਾਹਿਬ ਕੋ ਆਖਣ ਲੱਗ ਗਏ ਵੀ ਜ਼ਰਾ ਮਿਹਰਬਾਨੀ ਕਰੋ, ਪੜ੍ਹਾਈ 'ਤੇ ਤਵੱਜੋ ਦਿਓ। ਖੈਰ ਜਿੰਜ ਵੇਲੇ ਅਸਾਂ ਪੜ੍ਹਾਈ ਦਾ ਨਾਂ ਗਿਣਦੇ ਹਾਂ ਨੀਮ ਸਾਹਿਬ ਦਾ ਮੂੰਹ ਬਣ ਵੇਂਦੇ ਅਤੇ ਨੀਮ ਸਾਹਿਬ ਦੀਆਂ ਪਰੇਸ਼ਾਨ ਥੀਵਾਂ ਲੱਗ ਪੈਂਦੇ ਹਨ। ਖੈਰ ਅਸਾਂ ਇੱਥਾਂ 500 ਰੁਪਏ ਦੀ ਟਿਕਟ ਗਹਿਣ ਅਤੇ ਨਿਊ ਸਕਾਈ ਦਾ ਇਹ ਸੀਟ ਬੁੱਕ ਕਰਾ ਕੇ ਦੀ ਜੀ, ਅਸਾਂ ਸੀਟਾਂ ਬਹਿ ਗਏ ਹਾਂ, ਇੰਤਜ਼ਾਰ ਕਰਦੇ ਪਏ ਹਾਂ ਕਿ ਕਿੰਝ ਵੇਲੇ ਗੱਡੀ ਰਵਾਨਾ ਥੀ। ਤਕਰੀਬਨ 3 ਘੰਟੇ ਦੇ ਬਾਅਦ ਗੱਡੀ ਜੋ ਨਿਕਲੀ ਸੀ, ਅਸਾਂ ਸੀ ਗਿੱਧੀ ਖਿੜਕੀ ਵਾਲੀ ਸੀਟ, ਚਲੋ ਹਵਾ ਆਉਂਦੀ ਰਹੇ ਸੀ, ਕਈ ਜ਼ਿਆਦਾ ਹਿੱਸਾ ਉਲਟੀ ਆਉਂਦੀ ਹੈ ਅਤੇ ਕਈ ਜ਼ਿਆਦਾ ਹਿੱਸਾ ਸਿੱਧੀ ਆਉਂਦੀ ਹੈ। ਹਰ ਇਨਸਾਨ ਦੀ ਤਬੀਅਤ ਵੱਲ ਮੈਂ ਖਰਾਬ ਹੀ ਰਹਿੰਦੀ ਹੈ ਅਕਸਰ, ਅਤੇ ਹਰ ਕਿਸੇ ਕੋਲ ਆਪਣੀ ਤਬੀਅਤ ਦਾ ਪਤਾ ਹੈ। ਥੋੜ੍ਹੀ ਦੇਰ ਬਾਅਦ ਪੂਰੇ ਯੂਰੋ ਵਾਲੀ ਆਵਾਮ ਸੁੰਮ ਗਈ, ਕੋਈ ਕਿਵੇਂ ਸੁੱਤਾ ਪਿਆ ਸੀ ਅਤੇ ਕੋਈ ਕਿਵੇਂ ਸੁੱਤਾ ਪਿਆ ਸੀ। ਤਕਰੀਬਨ ਅਸਾਂ ਕੋਈ 8:00 ਅਸਾਂ ਸੀ ਤਕਰੀਬਨ 8 ਵਜੇ ਗੱਡੀ 'ਤੇ, ਅਤੇ ਨਹੀਂ ਬਲਕਿ 9 ਵਜੇ ਬੈਠੇ ਹਾਂ, ਅਤੇ ਤਕਰੀਬਨ 2 ਘੰਟੇ ਬਾਅਦ ਅਸਾਂ 10 ਵਜੇ ਤੱਕ ਪਹੁੰਚ ਗਏ ਹਾਂ ਇੱਥਾਂ ਘਰ ਘਰ। ਬਸ ਖੈਰ ਨਾਲ ਅਸਾਂ ਸਵਾ ਅਤੇ ਥੋੜ੍ਹੇ ਜਿਹੇ ਫਰੂਟ ਸ਼ਰੂਟ ਗਿੱਧੀ ਵਧਾ ਸਕ ਉਹ ਖਾਧਨ, ਉਹਦੇ ਬਾਅਦ ਮੈਡੀਸਨ ਖਾਧੀ ਹੈ, ਮੈਡੀਸਨ ਖਾ ਕੇ ਸੁੰਮ ਗਏ ਬਸ ਵੱਲ। ਇੱਕ ਦੇਸੀ ਮੁਰਗੀ 'ਤੇ ਹੱਥ ਰੱਖੇ, ਮੇਰੀ ਯਖਨੀ ਬੜਾਈਏ ਵੱਲ ਉਹ ਖਾਧੀਏ, ਖਾ ਕੇ ਅਸੀਂ ਥੋੜ੍ਹੀ ਜਿਹੀ ਵੀਡੀਓ ਬਣਾ ਗਏ ਨਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਸਰਦਾਰ ਸਾਹਿਬ ਕੀ ਹਾਲ ਹੈ? ਠੀਕ। ਤਬੀਅਤ ਸਿਹਤ ਠੀਕ ਹੈ? ਜੀ।
ना क्या है सी? शाहजहान। ये सी सारा भाई मुनव्वर खान ने लिखा है, शाहजहान खान का नाम है सी। भाई सीधा कर भाई। ये हुन स्कूल शकूल वेंदे खड़े वे? जी हां। हैं हुन कितनी क्लास है वे? हाले वा वाले आ लिखा था गीते। अच्छा ते मस्जिद वेंदा रहा? मस्जिद ही वेंदा रहा नी? जी। अच्छा अब्बे नाल गाल थी नी है या? जी हां। अब्बा तेरा हुन वीडियो देख सी उनको भेजे सु हैं जी। डेली गाल थी नी है जी। हैं केने मोबाइल ते कहीं वाले बजा दे मोबाइल दे करे नो कहीं वाले ओडे नानी। अच्छा नानी वेदा रानी? जी आखरी दफा करानी हां मैं। ए भाई आज साको मिलना है, साको भी बड़ी खुशी थई है ते ए जवान साको मिलना आ गए। पहले इना जरा छोटा बिरा है ना खान ज्यादा साहब, ओ भाई बड़ा औखा जवान है, उते कुटे ना छुटे ना है। अच्छा यी जो आंदे वडी दहशत है। अच्छा हुन तेरी दहशत ज्यादा है या हुंदी है तेरी? सीधा थी भाई ओ मंदे कढेंदे। अच्छा तू तो कहन में कढेंदा? वैसे मंदे कढन बुरी गाल हुंदी है, अच्छी गाल कोई नहीं है। हुन अब्बा तेरा कढाना सी ओआ के मैं 10 11 12 डी तक आवे। अच्छा वाल तो आख्या है कि मेरे किते फलानी चीज की दी हमें हैं मोबाइल की दी खड़े मोबाइल अपना ये देख खड़े तेरा भी की दी खड़े या ओ हैं ओ साक वा अपना दे। अच्छा अच्छा मतलब मोबाइल चेंज करे थी जरा नवा की दी खड़े ओ आप रख सी ते जरा पुराना है ओ तोकड़ी थी वैसी जी। वाल तो तू भाई है ना आवे थे हैं वाल तेरे कने ते मोबाइल होसी यार वेले वड़ा बंदा बन वैसे हैं मनोरी कहाँ। ये सी साले यार शाकर है, इनकी तबीयत खराब है, शाकर खान को बुखार है। शाकर खान दवाई शवाई की दी है? जी दवाई शवाई घिंदे करो। अच्छा हूँ चौके नहीं तो बुखार है? बुखार है हफ्ता खान ठीक है। हफ्ता खान ठीक है और माशाल्लाह बेहतरीन। हाँ जवान ने ये बेहतरीन है सी जवान हूँ चमकदा ही बैठे।